ਜੈਤੋ 'ਚ ਬਠਿੰਡਾ ਸਾਈਕਲ ਗਰੁੱਪ ਦੇ ਵਲੰਟੀਅਰਾਂ ਨੂੰ ਡੀਐਸਪੀ ਬਲਜਿੰਦਰ ਸਿੰਘ ਸੰਧੂ ਅਤੇ ਜੈਤੋ ਸਾਈਕਲ ਗਰੁੱਪ ਵੱਲੋਂ ਰੋਕ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਸਾਈਕਲ ਰੈਲੀ ਵਿੱਚ ਡੀਸੀ ਮੁਕਤਸਰ ਅਤੇ ਇਹਨਾਂ ਤੋਂ ਇਲਾਵਾ ਬਠਿੰਡਾ ਦੇ ਨਾਮੀ ਡਾਕਟਰਾਂ ਅਤੇ ਹੋਰ 52 ਦੇ ਕਰੀਬ ਇਸ ਸਾਈਕਲ ਰੈਲੀ ਵਿੱਚ ਭਾਗ ਲਿਆ। ਇਹ ਸਾਈਕਲ ਰੈਲੀ ਬਠਿੰਡਾ ਤੋਂ ਸ਼ੁਰੂ ਹੋ ਕੇ ਬਾਇਆ ਜੈਤੋ ਤੋਂ ਕੋਟਕਪੁਰਾ ਟੱਚ ਕਰਕੇ ਫਿਰ ਕੋਟਕਪੁਰਾ ਤੋਂ ਵਾਪਸ ਬਾਇਆ ਬਾਜਾਖਾਨਾ ਹੋ ਕੇ 100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਠਿੰਡਾ ਪਹੁੰਚੇਗੀ। ਇਸ ਸਾਈਕਲ ਰੈਲੀ ਦਾ ਮੂਲ ਮੰਤਵ ਦਿਨੋ ਦਿਨ ਵੱਧ ਰਹੇ ਨਸ਼ੇ ਨੂੰ ਲੈ ਕੇ ਲੋਕਾਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਤ ਕਰਨਾ ਅਤੇ ਸਾਈਕਲ ਨਾਲ ਭਾਰਤ ਨੂੰ ਪੋਲਿਊਸ਼ਨ ਰਹਿਤ ਕਰਨਾ ਹੈ। ਇਹਨਾਂ ਦਾ 100 ਕਿਲੋਮੀਟਰ ਦਾ ਲੂਪ ਹੈਗਾ ਆ। ਇਹਨਾਂ ਦਾ ਹੌਲਟ ਸੀਗਾ ਜੈਤੋਂ ਦੇ ਵਿੱਚ, ਅਤੇ ਡੀਸੀ ਸਾਹਿਬ ਮੁਕਤਸਰ ਅਤੇ SDM ਜਿੰਦਲ ਬਹਾਰ ਸਾਹਿਬ ਅਤੇ 2 ਕਰਨਲ ਸਾਹਿਬ ਵੀ ਇਸ ਗਰੁੱਪ ਦੇ ਵਿੱਚ ਸ਼ਾਮਿਲ ਨੇ, ਉਹ ਅੱਗੇ ਲੱਗ ਚੁੱਕੇ ਨੇ। ਅਤੇ ਅਸੀਂ ਜੈਤੋਂ ਵਿਖੇ ਇਹਨਾਂ ਦਾ ਬਹੁਤ ਸਵਾਗਤ ਕਰਦੇ ਹਾਂ। ਬਹੁਤ ਵਧੀਆ ਇਹਨਾਂ ਦਾ ਜਿਹੜਾ ਹੈਗਾ ਇਵੈਂਟ ਹੈਗਾ ਹੈ। ਬਠਿੰਡਾ ਤੋਂ ਕੋਟਕਪੁਰਾ, ਦੈਨ ਅਗੇਨ ਫਰੋਮ ਕੋਟਕਪੁਰਾ ਤੋਂ ਬਠਿੰਡਾ। ਕੀ ਮੂਲ ਮੰਤਵ ਕੀ ਆ ਸਰ? ਮੰਤਵ ਹੈ ਕਿ ਬੇਸਿਕਲੀ ਸਾਈਕਲਿੰਗ ਇਜ਼ ਅ ਸਟੇਟਸ ਸਿੰਬਲ, ਅਸੀਂ ਸਿੰਬਲ ਬਣਾ ਰਹੇ ਹਾਂ ਇਹਨੂੰ, ਪਲੱਸ ਫਿਟਨੈਸ ਦੇ ਰਿਗਾਰਡਿੰਗ ਅਸੀਂ ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ, ਖੁਦ ਵੀ ਹੋ ਰਹੇ ਹਾਂ। ਇੱਕ ਬੜਾ ਅੱਛਾ ਉਪਰਾਲਾ BCG ਨੇ ਲਿਆ, ਤਾਂ ਅਸੀਂ ਸਭ ਇਸ ਨੂੰ ਸਪੋਰਟ ਕਰ ਰਹੇ ਹਾਂ। ਪ੍ਰੀਤਮਿੰਦਰ ਸਿੰਘ ਜੀ, ਬਠਿੰਡਾ ਸਾਈਕਲਿੰਗ ਗਰੁੱਪ ਕੋਈ 200 ਮੈਂਬਰਾਂ ਦਾ ਇੱਕ ਗਰੁੱਪ ਹੈ ਜੀ। ਇਹ ਮੇਨ ਅਸੀਂ ਸਾਈਕਲਿੰਗ ਦੇ ਇਸ਼ੂ 'ਤੇ ਇਕੱਠੇ ਹੋਏ ਹਾਂ। ਸਾਈਕਲਿੰਗ ਨੂੰ ਪ੍ਰਮੋਟ ਕਰਨ ਵਾਸਤੇ ਟਾਈਮ ਟੂ ਟਾਈਮ ਅਸੀਂ ਈਵੈਂਟ ਕਰਾਉਂਦੇ ਰਹਿੰਦੇ ਹਾਂ। ਇੱਕ ਅਸੀਂ BCG ਇੰਥੋਸਿਸ ਸੀਰੀਜ਼ ਚਲਾਈ ਹੈ, ਇਹਦੇ ਵਿੱਚ ਮੰਥਲੀ ਰਾਈਡ ਹੁੰਦੀ ਹੈ ਸਾਡੀ। ਅੱਜ ਸਾਡੀ 10ਵੀਂ ਰਾਈਡ ਹੈ, ਅੱਜ 100 ਕਿਲੋਮੀਟਰ ਦੀ ਰਾਈਡ ਹੈ। ਮੇਨ ਇਹਦੇ ਰਾਈਡਸ ਦਾ ਹੀ ਸੁਨੇਹਾ ਹੁੰਦਾ ਕਿ ਮੈਂਟਲ ਬਲੌਕਸ ਹੁੰਦੇ ਹੈਗੇ ਆ ਕਿ ਕਿਸੇ ਨੇ 10 ਕਿਲੋਮੀਟਰ ਤੋਂ ਵੱਧ ਨਹੀਂ ਚਲਾਇਆ ਹੁੰਦਾ ਜਾਂ 15 ਕਿਲੋਮੀਟਰ। ਅਸੀਂ ਉਹਨਾਂ ਨੂੰ ਵੱਡੀਆਂ ਰਾਈਡਸ 'ਤੇ ਲੈ ਕੇ ਜਾਂਦੇ ਹਾਂ, 50 ਕਿਲੋਮੀਟਰ, 100 ਕਿਲੋਮੀਟਰ। ਅੱਜ ਦਾ ਸਾਡੀ ਰਾਈਡ ਹੈ 100 ਕਿਲੋਮੀਟਰ ਦੀ ਹੈ, ਕੋਟਕਪੁਰਾ ਤੱਕ ਹੈ। ਜੈਤੋ ਤੋਂ ਵਿਪਨ ਗੋਇਲ ਦੀ ਰਿਪੋਰਟ, ਚੈਨਲ 2।